ਸਸਿਆਕਾਲ ਨਮਸਤੇ ਆਦਾਬ ਦੋਸਤੋ, ਕਿਆ ਹਾਲ ਚਾਲ ਦੋਸਤੋ। ਤੁਹਾਡੇ ਲਈ ਨਈ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ। ਜਿਵੇਂ ਕਿ ਸਾਡੀ ਖੋਜ ਹੁੰਦੀ ਆ, ਵਧੀਆ ਤੋਂ ਵਧੀਆ ਅਲੱਗ ਅਲੱਗ ਖਾਣਾ ਟੇਸਟ ਕਰਦੇ ਰਹਿੰਦੇ ਹਾਂ, ਅਤੇ ਐਵੇਂ ਟੇਸਟ ਕਰਨ ਲਈ ਅਸੀਂ ਪਹੁੰਚ ਚੁੱਕੇ ਹਾਂ ਪਟਿਆਲੇ ਵਿੱਚ। ਮੈਂ ਕਿਹਾ ਜੀ, ਇੱਥੇ ਜੋ ਸਾਧੂ ਰਾਮ ਦੀ ਕਚੋਰੀਆਂ ਅਸੀਂ ਟੇਸਟ ਕਰਨ ਆਏ ਹਾਂ ਜੀ, ਅਤੇ ਬਹੁਤ ਇਹਨਾਂ ਦੀ ਕਚੋਰੀਆਂ ਦਾ ਨਾਮ ਸੁਣਿਆ ਸੀ। ਅੱਜ ਟੇਸਟ ਵੀ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਅਤੇ ਨਾਲ ਭੱਜ ਦੇ ਨਾਲ ਗੱਲਾਂ ਕਰਦੇ ਜੀ। ਅਤੇ ਪਹਿਲਾਂ ਤੁਹਾਨੂੰ ਲੁੱਕ ਵਾਈਜ਼ ਦੁਕਾਨ ਦਿਖਾ ਦਿੰਦੇ ਹਾਂ। ਨੇ ਅਨਾਰਦਾਨਾ ਚੌਂਕ, ਅਤੇ ਉਹਦੇ ਬਿਲਕੁਲ ਸਾਹਮਣੇ ਤੁਸੀਂ ਸਾਧੂ ਰਾਮ ਜੀ ਦੀ ਸ਼ੋਪ ਦੇਖ ਸਕਦੇ ਹੋ, ਅਤੇ ਉਹਦੇ ਬਿਲਕੁਲ ਸਾਹਮਣੇ ਤੁਸੀਂ ਟੈਂਕੀ ਵੀ ਦੇਖ ਸਕਦੇ ਹੋ, ਅਤੇ ਬਾਕੀ ਡਿਸਕ੍ਰਿਪਸ਼ਨ ਵਿੱਚ ਅਸੀਂ ਇਹਨਾਂ ਦੀ ਲੋਕੇਸ਼ਨ ਦੇ ਦਾਂਗੇ ਜੀ। ਆਓ ਫਿਰ ਅੰਦਰ ਚੱਲਦੇ ਹਾਂ ਜੀ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਵੀਰ ਜੀ, ਵਧੀਆ, ਬਹੁਤ ਵਧੀਆ ਜੀ। ਸਰ ਆਪਣਾ ਨਾਮ ਕੀ ਹੈਗਾ, ਦਰਸ਼ਕਾਂ ਨੂੰ ਦੱਸੂਗੇ ਜਿਹੜਾ? ਸਰ ਮੇਰਾ ਨਾਮ ਮਨੀ ਹੈ ਜੀ। ਅੱਛਾ ਜੀ, ਇਹ ਮੈਂ ਸਾਧੂ ਰਾਮ ਕਚੌਰੀ ਵਾਲਿਆਂ ਦਾ ਓਨਰ ਹੈ। ਅੱਛਾ ਜੀ, ਅਤੇ ਜਿਹੜੀ ਸਾਡੀ ਦੁਕਾਨ ਹੈ ਉਹ ਨੀਅਰ ਅਬਾਊਟ 1950 ਜਾਂ 1952 ਤੋਂ ਚੱਲਦੀ ਆ ਰਹੀ ਹੈ। ਚੱਲਦੀ ਆ ਰਹੀ ਆ। ਇਹ ਸ਼ੁਰੂਆਤ ਕਿੱਥੋਂ ਹੋਈ ਹੈ ਜੀ? ਇਸ ਦੁਕਾਨ ਦੀ ਸ਼ੁਰੂਆਤ ਜੀ ਮੇਰੇ ਨਾਨਾ ਜੀ ਦੇ ਸਹੁਰਾ ਸਾਹਿਬ ਲਾਲਾ ਸਾਧੂ ਰਾਮ ਜੀ ਨੇ ਕੀਤੀ ਸੀ। ਅੱਛਾ ਜੀ। ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਕਿਸੇ ਫਰੈਂਡ ਨੇ ਸੁਜੈਸਟ ਕੀਤਾ ਕਿ ਤੁਸੀਂ ਆਹ ਕੰਮ ਕਰੋ। ਅੱਛਾ ਜੀ। ਸ਼ੁਰੂਆਤੀ ਦੌਰ 'ਚ ਉਹਨਾਂ ਨੇ ਕਿਲਾ ਚੌਂਕ ਦੇ ਵਿੱਚ ਆਪਣੇ ਸਿਰ 'ਤੇ ਛਾਬਾ ਚੱਕ ਕੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕਚੌਰੀਆਂ ਉੱਥੇ ਜਾ ਕੇ ਵੇਚੀਆਂ ਨੇ। ਠੀਕ ਹੈ। ਦੈਨ ਉਹਨਾਂ ਨੇ ਉੱਥੇ ਤੋਂ ਮੂਵ ਹੋ ਕੇ ਇੱਕ ਸ਼ੋਪ ਰੈਂਟ 'ਤੇ ਪਰਚੇਜ਼ ਕੀਤੀ, ਉਸ ਦੁਕਾਨ ਨੂੰ ਅੱਗੇ ਚਲਾਇਆ, ਕੰਮ ਨੂੰ ਅੱਗੇ ਚਲਾਇਆ, ਤਾਂ ਕਚੌਰੀਆਂ ਦਾ ਦੌਰ ਸ਼ੁਰੂ ਹੋਇਆ ਅਤੇ ਸਾਧੂ ਰਾਮ ਦਾ ਨਾਮ ਸ਼ੁਰੂ ਹੋ ਗਿਆ। ਸਰ ਆਪਣੇ ਤੋਂ ਫਿਰ ਉਸ ਤੋਂ ਬਾਅਦ ਕਚੋਰੀਆਂ ਤੋਂ ਬਾਅਦ ਪੂੜੀਆਂ ਕਦੋਂ ਐਡ ਆਨ ਹੋਈਆਂ, ਜਾਂ ਇਸ ਤੋਂ ਇਲਾਵਾ ਹੋਰ ਜਿਹੜਾ ਮੈਨਿਊ ਉਹ ਕਦੋਂ ਐਡ ਹੋਇਆ? ਸਰ ਪਬਲਿਕ ਦੀ ਡਿਮਾਂਡ 'ਤੇ, ਪਬਲਿਕ ਨੇ ਬਹੁਤ ਐਪਰੀਸ਼ੀਏਟ ਕੀਤਾ ਉਸ ਚੀਜ਼ ਨੂੰ, ਕਸਟਮਰ ਬਹੁਤ ਪ੍ਰੈਫਰ ਕਰਦਾ ਸੀ ਕਚੌਰੀਆਂ ਨੂੰ ਕਿ ਨਾਸ਼ਤੇ ਦੇ ਵਿੱਚ ਜਾਂ ਕੋਈ ਰੈਲੇਟਿਵ ਆਉਂਦਾ ਉਹਨੂੰ ਖਵਾਈ ਜਾਏ। ਹਾਂਜੀ ਹਾਂਜੀ। ਦੈਨ ਉਹਨਾਂ ਨੇ ਕੀ ਕੀਤਾ ਕਿ ਹੁਣ ਆਪਾਂ ਕਚੌਰੀਆਂ ਦੇ ਨਾਲ ਕੋਈ ਐਸਾ ਕੰਸੈਪਟ ਲਿਆਈਏ ਕਿ ਕਸਟਮਰ ਉਸ ਚੀਜ਼ ਨੂੰ ਵੀ ਪ੍ਰੈਫਰ ਕਰੇ, ਤਾਂ ਉਹਨਾਂ ਨੇ ਨਾਸ਼ਤੇ ਦੇ ਵਿੱਚ ਪੂਰੀਆਂ ਐਡ ਕੀਤੀਆਂ ਅਤੇ ਸਨੈਕਸ ਦੇ ਵਿੱਚ ਇੱਕ ਸਮੋਸਾ ਐਡ ਕਰਦਾ ਜੋ ਕਿ ਸਾਡੀ ਯੂਨੀਕਨੈਸ ਹੈ। ਕੁਛ ਮਿੱਠੇ ਵਿੱਚ ਵੀ ਹੈਗਾ ਸਰ? ਇੱਕ ਸਵੀਟ ਦੇ ਵਿੱਚ ਅਸੀਂ ਬਣਾਇਆ ਜੀ ਇੱਕ ਸ਼ੱਕਰ ਦਾ ਲੱਡੂ। ਸ਼ੱਕਰ ਦਾ ਲੱਡੂ? ਹਾਂਜੀ, ਸਪੈਸ਼ਲੀ ਸਰ ਸ਼ੱਕਰ। ਕੀ ਸਪੈਸ਼ਲ ਹੈਗਾ ਸਰ ਉਹਦੇ ਵਿੱਚ? ਸਰ ਅਸੀਂ ਮੈਦਾ ਅਤੇ ਸ਼ੱਕਰ ਮਿਕਸ ਕਰਕੇ ਬਣਾਉਂਦੇ ਹਾਂ, ਉਹ ਸਾਡੀ ਯੂਨੀਕਨੈਸ ਹੈ। ਅੱਛਾ ਜੀ। ਤੁਸੀਂ ਟੇਸਟ ਕਰੋ, ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਵਾਕਈ ਹੀ ਸ਼ੱਕਰ ਦਾ ਲੱਡੂ ਕਿਆ ਚੀਜ਼ ਹੈ। ਅੱਛਾ, ਇਸ ਤੋਂ ਇਲਾਵਾ ਤੁਹਾਡੀ ਮੇਨ ਦੁਕਾਨ ਕਿੱਥੇ ਅਤੇ ਹੁਣ ਕਿਹੜੀ ਜਗ੍ਹਾ 'ਤੇ ਹੈ? ਸਰ ਹੁਣ ਅਸੀਂ ਇੱਕ ਨਵਾਂ ਆਪਣਾ ਆਊਟਲੈਟ ਓਪਨ ਕੀਤਾ ਸਰ ਅਨਾਰਦਾਨਾ ਚੌਂਕ ਦੇ ਵਿੱਚ। ਹਾਂਜੀ। ਸਾਡੀ ਜਿਹੜੀ ਮੇਨ ਸ਼ੋਪ ਹੈ ਸਰ ਉਹ ਬੁੱਕਸ ਮਾਰਕੀਟ ਦੇ ਵਿੱਚ ਹੈ, ਉਹ ਐਜ਼ ਇਟ ਇਜ਼ ਹੀ ਤਦੋਂ ਦੀ ਚੱਲਦੀ ਆ ਰਹੀ ਹੈ ਜਦੋਂ ਸਾਡੇ ਫੋਰ ਫਾਦਰ ਚਲਾ ਰਹੇ ਸੀ। ਹਾਂਜੀ। ਠੀਕ ਹੈ ਜੀ। ਅਸੀਂ ਉਸ ਨਾਮ ਨੂੰ ਮੇਨਟੇਨ ਰੱਖਿਆ ਹੋਇਆ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਸ ਨਾਮ ਨੂੰ ਮੇਨਟੇਨ ਰੱਖੀਏ, ਵਧੀਆ ਕੁਆਲਿਟੀ ਦੀ ਹੈ, ਤਾਂ ਕਿ ਸਾਡੇ ਕੋਲ ਕਸਟਮਰ ਵੱਧ ਤੋਂ ਵੱਧ ਜੁੜੇ। ਨੋਟ ਈਵਨ ਪਟਿਆਲਾ, ਆਲ ਓਵਰ ਦਾ ਪੰਜਾਬ ਸਾਡੇ ਕੋਲ ਕਸਟਮਰ ਆਉਂਦਾ, ਕਚੌਰੀ ਦੀ ਡਿਮਾਂਡ ਕਰਦਾ, ਕਸਟਮਰ ਪ੍ਰੈਫਰ ਕਰਦਾ, ਈਵਨ ਸਮਾਲ ਕਿਡਸ ਆਰ ਆਲਸੋ ਲਾਈਕ ਅਵਰ ਕਚੌਰੀ। ਥੈਂਕ ਯੂ ਜੀ। ਅਤੇ ਦੋਸਤੋ ਹੁਣ ਅਸੀਂ ਕਚੌਰੀ ਟੇਸਟ ਕਰਦੇ ਹਾਂ, ਅਤੇ ਭਾਅ ਜੀ ਦਾ ਥੋੜ੍ਹਾ ਗਲਾ ਖਰਾਬ ਸੀ, ਉਸ ਕਰਕੇ ਤੁਹਾਨੂੰ ਬਾਅਦ ਸ਼ਾਇਦ ਥੋੜ੍ਹੀ ਚੇਂਜ ਡਿਫਰੈਂਸ ਆਵੇ। ਬਾਕੀ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਤੁਹਾਡੇ ਲਈ ਵਧੀਆ ਵਧੀਆ ਕੰਟੈਂਟ ਲਿਆਉਣ ਲਈ, ਅਤੇ ਹੁਣ ਟੇਸਟ ਕਰਦੇ ਹਾਂ ਇਹਨਾਂ ਦੀ ਪੂੜੀਆਂ। ਅਤੇ ਪੂੜੀਆਂ ਤਾਂ ਇਸ ਵੇਲੇ ਮੋਗੀਆਂ ਹੋਣੀਆਂ ਤੁਹਾਡੀਆਂ? ਪੂੜੀਆਂ ਖਤਮ ਹੋ ਗਏ ਜੀ, ਆਪਾਂ ਤੁਹਾਨੂੰ ਕਚੌਰੀ ਖਵਾਵਾਂਗੇ, ਸਮੋਸਾ ਖਵਾਵਾਂਗੇ, ਅਤੇ ਜਿਹੜਾ ਲੱਡੂ ਹੈਗਾ ਸ਼ੱਕਰ ਵਾਲਾ ਲੱਡੂ, ਲੱਡੂ ਸਰ ਤੁਹਾਨੂੰ ਸਾਡੀ ਮੇਨ ਸ਼ੋਪ 'ਤੇ ਮਿਲੇਗਾ, ਅਜੇ ਅਸੀਂ ਉਰੇ ਓਪਨ ਨਹੀਂ ਕੀਤਾ, ਵਿਦ ਇਨ ਅ ਵੀਕ ਅਸੀਂ ਉਰੇ ਵੀ ਓਪਨ ਕਰਾਂਗੇ ਲੱਡੂ, ਅਤੇ ਜ਼ਰੂਰ ਕਸਟਮਰ ਦੀ ਡਿਮਾਂਡ 'ਤੇ ਲੱਡੂ ਵੀ ਪ੍ਰੋਵਾਈਡ ਕਰਵਾਵਾਂਗੇ ਕਸਟਮਰ ਨੂੰ। ਠੀਕ ਹੈ ਜੀ, ਥੈਂਕ ਯੂ। ਅਤੇ ਦੋਸਤੋ ਇਹਨਾਂ ਦੀ ਯੂਨੀਕਨੈਸ ਇੱਥੋਂ ਦੀ ਪਤਾ ਚੱਲਦੀ, ਆਹ ਦੇਖੋ ਜੀ ਜਿਹੜੀ ਆਹ ਪੱਠੀ ਯੂਜ਼ ਕਰ ਰਹੇ, ਕੋਲੇ ਦੀ ਪੱਠੀ ਆ, ਅਤੇ ਕੋਲੇ ਦੀ ਪੱਠੀ ਵਿੱਚ ਇਹਨਾਂ ਦੀ ਕਚੌੜੀ, ਇਹਨਾਂ ਦੀ ਪੂੜੀ ਅਤੇ ਇਹਨਾਂ ਦੇ ਸਮੋਸੇ ਤਲ ਹੁੰਦੇ ਨੇ, ਅਤੇ ਮੱਠੀ ਗੈਸ ਵਿੱਚ ਤਲਨ ਕਰਕੇ ਨਾ ਜੋ ਇਹਦੀ ਕ੍ਰਿਸਪੀਨੈਸ ਆਉਂਦੀ ਉਹ ਅਲੱਗ ਹੀ ਆਉਂਦੀ, ਅਤੇ ਉਹਦਾ ਫਲੇਵਰ ਹੀ ਅਲੱਗ ਹੁੰਦਾ। ਸਰ ਤੁਸੀਂ ਸਮੋਸੇ ਟੇਸਟ ਕਰ ਰਹੇ ਹੋ, ਤੁਹਾਨੂੰ ਇੱਥੇ ਸਮੋਸੇ ਕਿੱਦਾਂ ਲੱਗਦੇ ਆ? ਬਹੁਤ ਵਧੀਆ ਟੇਸਟ ਹੈ ਜੀ, ਇਹ ਬਚਪਨ ਤੋਂ ਖਾ ਰਹੇ ਹਾਂ। ਅਤੇ ਲਗਭਗ 40-50 ਸਾਲ ਹੋ ਗਏ ਆ? ਹਾਂਜੀ ਹਾਂ, ਇੰਨਾ ਟਾਈਮ ਤਾਂ ਹੋ ਗਿਆ ਹੋਣਾ। ਅਤੇ ਟੇਸਟ ਵਾਈਜ਼ ਕਚੋਰੀ ਵਧੀਆ ਤੁਹਾਨੂੰ ਲੱਗਦੀ ਹੈ ਸਮੋਸੇ? ਅਲੱਦਾ ਅਲੱਦਾ ਸਵਾਦ ਜੀ, ਸਬਜ਼ੀ ਦਾ ਟੇਸਟ ਇੱਕੋ ਹੀ ਹੈ, ਬਾਕੀ ਕਚੋਰੀ ਦਾ ਅਲੱਦਾ ਟੇਸਟ ਹੈ, ਸਮੋਸੇ ਦਾ ਅਲੱਦਾ ਟੇਸਟ ਹੈ। ਦੋਸਤੋ ਕਚੋਰੀ ਦੇ ਨਾਲ ਆਹ ਦੇਖੋ ਆਲੂ ਦੀ ਲੌਂਜੀ ਸਰਵ ਕਰਦੇ ਨੇ,
ਟੈਕਸਚਰ ਦੇਖੋ ਜੀ ਸਾਡਾ ਸਮੋਸਾ ਲੱਗਣ ਜਾ ਰਿਹਾ ਅਤੇ ਵਿੱਚ ਪੈ ਗਈ ਲੌਂਜੀ ਵਿੱਚ ਪੈ ਗਈ ਇਹਨਾਂ ਦੀ ਇਮਲੀ ਚਟਨੀ ਕਿਆ ਬਾਤ ਹੈ ਲਓ ਜੀ ਦੋਸਤੋ ਆਹ ਡੂਨਾ ਤਿਆਰ ਹੋ ਗਿਆ ਸਮੋਸੇ ਦੀ ਪਲੇਟ ਵਾਲਾ ਅਤੇ ਕਚੋਰੀ ਵੀ ਤਿਆਰ ਹੋ ਰਹੀ ਹੈ ਜੀ ਇਹ ਸਰ ਕਿਹੜੀ ਕਚੋਰੀ ਹੈ ਮਾਂਹ ਦੀ ਦਾਲ ਸਟਫ ਕੀਤੀ ਅਤੇ ਜਿਹੜੀ ਚਟਨੀ ਹੈਗੀ ਇਹ ਹੈਗੀ ਆ ਪੁਦੀਨੇ ਅਤੇ ਇਮਲੀ ਦੇ ਪੁਦੀਨੇ ਦੀ ਲਓ ਜੀ ਆਹ ਦੋਨੋਂ ਪਲੇਟਾਂ ਸਾਡੀਆਂ ਰੈਡੀ ਹੋ ਗਈਆਂ ਜੀ ਲੋ ਜੀ ਦੋਸਤੋ ਇਸ ਵੇਲੇ ਸਾਡੇ ਹੱਥ ਵਿੱਚ ਆ ਗਿਆ ਸਮੋਸੇ ਦੀ ਡੂਨਾ ਜਿਹਦੇ ਵਿੱਚ ਇਹਨੇ ਸਮੋਸੇ ਦੇ ਨਾਲ ਲੌਂਜੀ ਅਤੇ ਉੱਪਰ ਜਿਹੜੀ ਇਹਨੇ ਚਟਨੀ ਪਾਈ ਆ ਉਹ ਹੈਗੀ ਜੀ ਇਮਲੀ ਅਤੇ ਪੁਦੀਨੇ ਦੀ ਅਤੇ ਆਹ ਦੇਖੋ ਖਸਤਾ ਸਮੋਸਾ ਜੀ ਇੱਕਦਮ ਅਤੇ ਗਰਮ ਗਰਮ ਆ ਜੀ ਇੱਕਦਮ ਤੁਹਾਨੂੰ ਫੀਲਿੰਗ ਦਿਖਾਉਂਦੇ ਹਾਂ ਅੰਦਰਲੀ ਅਤੇ ਦੂਜੇ ਵਾਲੇ ਪਾਸੇ ਗੱਲ ਕੀਤੀ ਹੈ ਇਹਨਾਂ ਦਾ ਜੋ ਹੈਗਾ ਜੀ ਕਚੋਰੀ ਇੱਕਦਮ ਗਰਮਾ ਗਰਮ ਕਚੋਰੀ ਹੈ ਜੀ ਅਤੇ ਨਾਲ ਸੇਮ ਲੌਂਜੀ ਦੀ ਸਬਜ਼ੀ ਅਤੇ ਨਾਲ ਇਹਨਾਂ ਦੀ ਪੁਦੀਨੇ ਅਤੇ ਉਹ ਦੂਜੀ ਇਮਲੀ ਦੀ ਚਟਨੀ ਨਾਲ ਦਿੱਤੀ ਹੋਈ ਆ ਅਤੇ ਟੇਸਟ ਕਰਦੇ ਹਾਂ ਸਭ ਤੋਂ ਪਹਿਲਾਂ ਸਮੋਸਾ ਟੇਸਟ ਕਰ ਲਓ ਜੀ ਦੋਸਤੋ ਫਸਟ ਬਾਈਟ ਲੈਣ ਜਾ ਰਹੇ ਹਾਂ ਇੱਥੋਂ ਦੀ ਸਮੋਸੇ ਅਤੇ ਨਾਲ ਲੈਣੇ ਲੌਂਜੀ ਅਤੇ ਨਾਲ ਲੈਣੇ ਚਟਨੀ ਦਾ ਲੋ ਜੀ ਫਸਟ ਬਾਈਟ ਲੈਣ ਜਾ ਰਹੇ ਜੀ ਆਹ ਗਰਮਾ ਗਰਮ ਬਾਈਟ ਆ ਜੀ ਕਿਆ ਬਾਤ ਦੇਖੋ ਚੈੱਕ ਕਰੋ ਇੱਕਦਮ ਗਰਮ ਗਰਮਾ ਕਿਆ ਬਾਤ ਹੈ ਚਟਪੜਾ ਟੇਸਟ ਬਿਲਕੁਲ ਇੱਕਦਮ ਚਟਪੜਾ ਜੇ ਸਪਾਈਸੀਨੈਸ ਦੀ ਗੱਲ ਕੀਤੀ ਹੈ ਬਿਲਕੁਲ ਸਪਾਈਸੀ ਨਹੀਂ ਹੈਗਾ ਬਿਲਕੁਲ ਇਹ ਚਟਪੜਾ ਟੇਸਟ ਹੈ ਇਹਦੇ ਵਿੱਚ ਅਤੇ ਨਾਲ ਇੱਕ ਯਕਦਮ ਗਰਮ ਗਰਮ ਹੈਗੀ ਅਤੇ ਮੈਂ ਕਹਿ ਸਕਦੇ ਹਾਂ ਸਰਦੀਆਂ ਵਿੱਚ ਜੋ ਨਾ ਬ੍ਰੇਕਫਾਸਟ ਹੈ ਬਹੁਤ ਵਧੀਆ ਅਤੇ ਰੇਟ ਵੀ ਗੱਲ ਕੀਤੀ ਹੈ 10 ਰੁਪਏ ਵਿੱਚ ਤੁਹਾਨੂੰ ਇੱਕ ਪੀਜ਼ ਮਿਲ ਜਾਏਗਾ ਜੀ ਅਤੇ ਦੋਸਤੋ ਹੁਣ ਅਸੀਂ ਟੇਸਟ ਕਰਨ ਜਾ ਰਹੇ ਹਾਂ ਇਹਨਾਂ ਦੀ ਕਚੋਰੀ ਅਤੇ ਜੋ ਇਹਨਾਂ ਨੇ ਵਿੱਚ ਕਚੋਰੀ ਵਿੱਚ ਫੀਲਿੰਗ ਕੀਤੀ ਉਹ ਮਾਂਹ ਦੀ ਦਾਲ ਦੀ ਫੀਲਿੰਗ ਕੀਤੀ ਹੈ ਜੀ ਕਿਆ ਬਾਤ ਹੈ ਅਤੇ ਟੇਸਟ ਕਰਦੇ ਹਾਂ ਆਹ ਦੇਖੋ ਫਸਟ ਬਾਈਟ ਕਿਆ ਬਾਤ ਹੈ ਜਿਵੇਂ ਤੁਹਾਨੂੰ ਤੁਸੀਂ ਜੋ ਲੌਂਜੀ ਹੈਗੀ ਅਤੇ ਨਾਲ ਚਟਨੀ ਦਾ ਜੋ ਫਲੇਵਰ ਹੈਗਾ ਨਾ ਉਹ ਇੱਕਦਮ ਚਟਪੜਾ ਉਸ ਆਲੂ ਦੀ ਲੌਂਜੀ ਕਰਕੇ ਨਾ ਜੋ ਇਹਦੀ ਹਲਕੀ ਕ੍ਰਿਸਪੀਨੈਸ ਹੈਗੀ ਉਹ ਸੋਫਟਨੈਸ ਵਿੱਚ ਤਬਦੀਲ ਹੋ ਗਈ ਹੈ ਅਤੇ ਤਾਂ ਵੀ ਟੇਸਟ ਜੋ ਹੈਗਾ ਇਹਦਾ ਲਗਭਗ ਬਹੁਤ ਵਧੀਆ ਆ ਰਿਹਾ ਲੋ ਜੀ ਦੋਸਤੋ ਸਪੈਸ਼ਲ ਰਿਕੁਐਸਟ ਮੈਦੇ ਦੇ ਸ਼ੱਕਰ ਵਾਲਾ ਲੱਡੂ ਆ ਚੁੱਕਿਆ ਅਤੇ ਸਭ ਤੋਂ ਸਪੈਸ਼ਲ ਗੱਲ ਹੈਗੀ ਡਾਇਬਿਟੀਜ਼ ਜਿਹਨਾਂ ਨੂੰ ਹੁੰਦੀ ਆ ਉਹ ਇਹ ਲੱਡੂ ਬੜੇ ਆਰਾਮ ਦੇ ਨਾਲ ਖਾ ਸਕੇ ਕਿਉਂਕਿ ਇਹਦੇ ਵਿੱਚ ਮਿੱਠਾ ਨਹੀਂ ਪਾਇਆ ਇਹਨਾਂ ਨੇ ਸ਼ੱਕਰ ਪਾਈ ਆ ਅਤੇ ਟੇਸਟ ਕਰਦੇ ਜੀ ਅਤੇ ਆਹ ਦੇਖੋ 10 ਰੁਪਏ ਦਾ ਲੱਡੂ ਜੀ ਰੇਟ ਵੀ ਬਿਲਕੁਲ ਜਾਇਜ਼ ਹੈਗਾ ਇੱਥੇ 120 ਰੁਪਏ ਸਰ ਕੀ ਆ ਕਿਲੋ ਪਰ ਕੇ ਜੀ 120 ਰੁਪਏ ਆ ਜੀ ਅਤੇ ਥੋੜ੍ਹਾ ਟੇਸਟ ਕਰਾਂਗੇ ਜੀ ਇੱਦੇ ਜੋ 200 ਇਹਦਾ ਟੇਸਟ ਹੈਗਾ ਕਮਾਲ ਦਾ ਹੀ ਆ ਜੋ ਮਿਠਾਸ ਆਪਣੀ ਇਹਦੀ ਕਾਇਮ ਹੈਗੀ ਹੈ ਇੱਦਾਂ ਨਹੀਂ ਲੱਗਦਾ ਕਿ ਵਿੱਚ ਇਹਦੇ ਵਿੱਚ ਖੰਡ ਨਹੀਂ ਪਾਈ ਖਾਣ ਤੋਂ ਬਾਅਦ ਪਤਾ ਚੱਲਦਾ ਕਿ ਮਿੱਠਾ ਇਹਦੀ ਬਿਲਕੁਲ ਨੋਰਮਲ ਮਾਤਰਾ ਵਿੱਚ ਇਹਦੇ ਵਿੱਚ ਹੈਗਾ ਤਬਦੀਲ ਹੈਗਾ ਦੋਸਤੋ ਲਾਸਟ ਤੁਹਾਨੂੰ ਰਿਵਿਊ ਦੇ ਦੇਵਾਂ ਕਿ ਮੈਨੂੰ ਸਪੈਸ਼ਲ ਗੱਲ ਇਹ ਲੱਗੀ ਕਿ ਇਹਨਾਂ ਦੀ ਜਿਹੜੀ ਮਰਜ਼ੀ ਚੀਜ਼ ਲੈ ਲਓ ਭਾਵੇਂ ਇਹਨਾਂ ਦਾ ਸਮੋਸਾ ਲਓ ਜਾਂ ਪੂੜੀ ਲਓ ਜਾਂ ਕਚੋਰੀ ਲਓ ਜਾਂ ਭਾਵੇਂ ਇਹਨਾਂ ਦਾ ਲੱਡੂ ਲਓ 10 ਰੁਪਏ ਰੇਟ ਆ ਜੀ ਸਪੈਸ਼ਲ ਗੱਲ ਇਹ ਆ ਜੀ ਜਿਹੜੀ ਵੀ ਚੀਜ਼ ਇੱਥੇ ਸਰਵ ਕਰ ਰਿਹਾ ਉਹ ਲਾਜਵਾਬ ਟੇਸਟ ਹੈਗਾ ਜੀ ਅਤੇ ਜ਼ਿਆਦੀਆਂ ਗੱਲਾਂ ਨਾ ਕਰੀਏ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦੂੰਗਾ ਤੁਸੀਂ ਉਹ ਲਿੰਕ ਨੂੰ ਦਬਾ ਕੇ ਇੱਥੇ ਆਓ ਟੇਸਟ ਕਰੋ ਐਂਡ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਐਂਡ ਜੇ ਤੁਹਾਨੂੰ ਕੋਈ ਇੱਦਾਂ ਦੀ ਯੂਨੀਕ ਪਲੇਸ ਪਤਾ ਹੋਵੇ ਪਟਿਆਲੇ ਲੁਧਿਆਣੇ ਜਲੰਧਰ ਜਿੱਥੇ ਵੀ ਉਹ ਨੀਚੇ ਕਮੈਂਟ ਕਰ ਦਿਓ ਅਸੀਂ ਉੱਥੇ ਜਾ ਕੇ ਟੇਸਟ ਕਰਾਂਗੇ ਫਿਰ ਤੁਹਾਡੇ ਸਾਹਮਣੇ ਬਾਕੀ ਸਾਰੇ ਸਾਹਮਣੇ ਟੇਸਟ ਲੈ ਕੇ ਆਵਾਂਗੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਬਾਏ ਬਾਏ।